ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਗੀਤਾ ਸਖਸੈਨਾ ਪੇਸ਼ ਨੇ ਚੁਣਵੀਆਂ ਖਬਰਾਂ ਸੂਰਜ ਦੇ ਰਾਹ ਤੇ ਭਾਰਤ ਦਾ ਮਿਸ਼ਨ ਅਦਿੱਤਿਆ L1 ਸਫਲਤਾਪੂਰਵਕ ਲਾਂਚ ਹੋਇਆ ਰਾਸ਼ਟਰਪਤੀ ਉਪਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ISRO ਵਿਗਿਆਨੀ ਤੇ ਇੰਜੀਨੀਅਰਾਂ ਨੂੰ ਇਸ ਸਫਲਤਾ ਲਈ ਦਿੱਤੀ ਮੁਬਾਰਕਬਾਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ 5 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿਜ ਤੇਸ਼ ਪਰ ਤੋਂ ਚੁਣੇ ਗਏ 75 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਕਰਨ ਲਈ ਸਨਮਾਨਿਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਸਤੰਬਰ ਨੂੰ ਇੰਡੋਨੇਸ਼ੀਆ ਦੇ 2 ਦਿਨਾਂ ਦੌਰੇ ਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆਂ 2037 ਅਸਾਮੀਆਂ ਭਰੰਦਾ ਐਲਾਨ ਉਦਿਆ ਵਿਦਿਆਲਾ ਸੰਪਤੀ ਦੀ 71 ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਅੱਜ ਪਟਿਆਲਾ ਵਿੱਚ ਸ਼ੁਰੂ ਹੋਈ ਤੇ ਹੁਣ ਖਬਰਾਂ ਵੇ ਸਥਾਨ ਨਾਲ ਸੂਰਜ ਦੇ ਰਾਹਤੇ ਭਾਰਤ ਦਾ ਮਿਸ਼ਨ ਅਦਿੱਤਿਆ L1 ਸਫਲਤਾਪੂਰਵਕ ਲਾਂਚ ਹੋਇਆ ਪਾਰਟੀ ਪੁਲਾੜ ਖੋਜ ਸੰਗਠਨ ਇਸਰੋ ਨੇ ਅੱਜ ਸੂਰਜ ਦੇ ਅਧਿਐਨ ਲਈ ਸ੍ਰੀ ਹਰੀਕੋਟਾ ਸਥਿਤ ਸतीश धवन ਪੁਲਾੜ ਕੇਂਦਰ ਤੋਂ ਅਦਿੱਤਿਆ ਐਲ1 ਉਪਗ੍ਰਹਿ ਨੂੰ ਪੀਐਸਐਲਵੀਸੀ ਸਤਵੰਚਾ ਰਾਹੀਂ ਪੁਲਾੜ ਵਿੱਚ ਸਫਲਤਾਪੂਰਵਕ ਛੱਡਿਆ ਇਸਰੋ ਦੇ ਵਿਗਿਆਨੀਆਂ ਨੇ ਕਿਹਾ ਕਿ ਉਪਗ੍ਰਹਿ ਦੇ ਤਿੰਨੇ ਪੜਾਅ ਪੂਰੀ ਤਰ੍ਹਾਂ ਨਾਲ ਸਾਧਾਰਨ ਰੂਪ ਵਿੱਚ ਕੰਮ ਕਰ ਰਹੇ ਨੇ ਪਹਿਲੇ ਪੜਾਅ ਵਿੱਚ ਪੇਲੋਡ ਨੂੰ ਉਵਾਖ ਕੀਤਾ ਗਿਆ ਜੋ ਤਾਂ ਜੋ ਉਪਗ੍ਰਹਿ ਨੂੰ ਥਾਂ ਦਿੱਤੀ ਜਾ ਸਕੇ मिशन चंद्रमा अधीन चंद्रयान 3 ने चंद्रमा ਦੇ ਦੱਖਣੀ ਧਰੂਪ ਤੇ ਸਫਲ ਲੈਂਡਿੰਗ ਤੋਂ ਬਾਅਦ ਇਸਰੋ ਦਾ ਇਹ ਦੂਜਾ ਮਹੱਤਵਪੂਰਨ ਪ੍ਰੋਜੈਕਟ ਹੈ ਇਸ ਉਪਗ੍ਰਹਿ ਨੂੰ ਅਤੀਤੋ तकरीबन 15 ਲੱਖ ਕਿਲੋਮੀਟਰ ਦੂਰ ਲੈਗਰੇਂਜ ਪੁਆਇੰਟ ਤੱਕ ਪਹੁੰਚਣ ਲਈ तकरीबन 4 ਮਹੀਨੇ ਦਾ ਸਮਾਂ ਲੱਗੇਗਾ ਅਦਿੱਤਿਆ L1 ਮਿਸ਼ਨ ਦਾ ਉਦੇਸ਼ ਸੂਰਜੀ ਹਵਾਵਾਂ ਅਤੇ ਸੂਰਜ ਦੇ ਬਾਇਓ ਮੰਡਲ ਦਾ ਅਧਿਐਨ ਕਰਨਾ ਹੈ ਇਹ ਫੋਟੋਸਫੀਅਰ ਕਰੋਮੋਸਫੀਅਰ ਅਤੇ ਸੂਰਜ ਦੀਆਂ ਸਭ ਤੋਂ ਬਾਹਰੀ ਪਰਤਾਂ ਅਰਥਾਤ ਕਰੋਨਾ ਦੇ ਅਬਲੋਕਨ ਲਈ ਸੱਤ ਪੇ ਲੋਡ ਲੈ ਕੇ ਗਿਆ ਹੈ ਜੋ ਕੋਰੋਨਲ ਹੀਟਿੰਗ ਕੋਰੋਨਲ ਪੁਨਜ ਇਜੈਕਸ਼ਨ ਮੌਸਮ ਦੀ ਗਤੀਸ਼ੀਲਤਾ ਅਤੇ ਅੰਤਰਗ੍ਰਹਿ ਮਾਧਿਅਮ ਵਿੱਚ ਕਰਨਾ ਅਤੇ ਖੇਤਰਾਂ ਦੇ ਪਸਾਰਦੇ ਅਧਿਐਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਝਣ ਵਿੱਚ ਮਦਦ ਕਰਨਗੇ ਅਦਿੱਤਿਆ L1 ਦੇ ਸਫਲ ਲਾਂਚ ਤੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਨਿਗਾਹ ਸ਼ਾਹ ਜੀ ਨੇ ਕਿਹਾ ਕਿ ਇਹ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ ਬੈਂਗਲੋਰੂ ਵਿੱਚ ਉਹਨਾਂ ਨੇ ਕਿਹਾ ਕਿ ਉਹ ਬੇहद ਖੁਸ਼ ਨੇ ਕਿ PSLV ਵੱਲੋਂ ਅਦਿੱਤਿਆ L1 ਨੇ ਆਪਣੇ 125 ਦਿਨਾਂ ਦਾ ਲੰਮਾ ਸਫ਼ਰ ਸ਼ੁਰੂ ਕੀਤਾ ਹੈ ਸ਼ਾਹ ਜੀ ਨੇ ਕਿਹਾ ਕਿ ਇੱਕ ਵਾਰ ਅਦਿੱਤਿਆ L1 ਦੇ ਸ਼ੁਰੂ ਹੋਣ ਤੋਂ ਬਾਅਦ ਇਹ ਦੇਸ਼ ਅਤੇ ਵਿਸ਼ਵ ਵਿਗਿਆਨਕ ਭਾਈਚਾਰੇ ਲਈ ਇੱਕ ਜਾਇਦਾਦ ਹੋਵੇਗੀ ਉਹਾਂ ਨੇ ਇਸ ਮਿਸ਼ਨ ਨੂੰ ਸੰਭਵ ਬਣਾਉਣ ਵਿੱਚ ਉਹਨਾਂ ਦੇ ਸਮਰਥਨ ਅਤੇ ਅਗਵਾਈ ਲਈ ਪੂਰੀ ਟੀਮ ਦਾ ਤਨਫਾਦਗੀ ਕੀਤਾ। ਵਿਗਿਆਨ ਤੇ ਪ੍ਰਧਾਨ ਮੰਤਰੀ ਡਾਕਟਰ ਜਤੇਂਦਰ ਸਿੰਘ ਇਸ ਇਤਿਹਾਸਕ ਪਲ ਦੇ ਗਵਾਹ ਬਣੇ ਤੇ ਉਹਨਾਂ ਨੇ ਇਸ ਸਫਲਤਾ ਲਈ ਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਉਤਸ਼ਾਹਿਤ ਕੀਤਾ। ਗੁੱਡ ਆਫਟਰਨੂੰ ਇਟਸ ਅ ਡ੍ਰੀਮ ਕਮ ਟ੍ਰੂ ਫਾਰ ਟੀਮ ਆਦਿੱਤਿਆ ਐਲਵਨ ਐਂਡ ਆਮ ਐਕਸਟ੍ਰੀਮਲੀ ਹੈਪੀ ਥੈਟ ਆਦਿੱਤਿਆ ਐਲਵਨ ਇਜ਼ ਇੰਜੈਕਟਡ ਇਨ ਦ ਇੰਟੈਂਡਡ ਆਪਰੇਟ Flawlessly by PSLV as always. And Aditya L1 solar panels are deployed on the space to be And Aditya L1 has started its 125 days of long journey towards L1. We have uh, our earth burns to raise the orbit and that and followed by the trans L1 injection and finally insertion into the halo orbit. ਦਾ ਸਾਨਯਤ ਲਾਕਡਾਉਨ ਚਿੰਨ ਪੁਆਇੰਟ L1 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸਰੋ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਆਦਿੱਤਿਆ L1 ਦੀ ਲਾਂਚਿੰਗ ਨਾਲ ਭਾਰਤ ਦੇ ਸਵਦੇਸ਼ੀ ਪੁਲਾੜ ਪ੍ਰੋਗਰਾਮ ਨੂੰ ਇੱਕ ਨਵੀਂ ਪ੍ਰਾਪਤੀ ਹਾਸਲ ਹੋਈ ਹੈ। ਉਹਨਾਂ ਕਿਹਾ ਕਿ ਇਸ ਅਸਾਧਾਰਨ ਪ੍ਰਾਪਤੀ ਨਾਲ ਅਸੀਂ ਪੁਲਾੜ ਅਤੇ ਆਕਾਸ਼ੀ ਘਟਨਾਵਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਾਂਗੇ। ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਦੇਸ਼ ਦੇ ਪਹਿਲੇ ਸੂਰਜ ਮਿਸ਼ਨ ਅਦਿੱਤਿਆ ਐਲ1 ਦੀ ਸਫਲ ਲਾਂਚਿੰਗ ਲਈ ਇਸਰੋ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿਤੀ ਹੈ। ਉਨ੍ਹਾਂ ਕਿਹਾ ਕਿ ਅਦਿੱਤਿਆ ਐਲ1 ਦੀ ਸਫਲ ਲਾਂਚਿੰਗ ਨੇ ਪੁਲਾਰ ਯਾਤਰਾ ਵਿੱਚ ਇੱਕ ਨਵੇਂ ਗੌਰਵਸ਼ਾਲੀ ਅਧਿਆਇ ਦੀ ਸ਼ੁਰੂਆਤ ਕੀਤੀ ਹੈ। ਤਨਖੜ ਨੇ ਕਿਹਾ ਕਿ ਇਹ ਉਪਲਬਧੀ ਸੂਰਜ ਪ੍ਰਣਾਲੀ ਨੂੰ ਸਮਝਣ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਅਣਤਕ ਵਿਗਿਆਨਕ ਯਤਨ ਜਾਰੀ ਰਹਿਣਗੇ ਤੇ ਪੂਰੀ ਮਨੁੱਖਤਾ ਦੇ ਭlai ਲਈ ਬ੍ਰਹਿਮੰਡ ਨੂੰ ਚੰਗੀ ਤਰ੍ਹਾਂ ਸਮਝਣ ਲਈ भी जारी सूचना दे मंत्री अनुराग प्राप्ति अमृतकाल उत्साहित कर इस बारे बारे होना के के दी इसरो विज्ञानिया मुबारकबाद देंद्र कहा कि अज की सफलता कर दिए कि चंद्रमा सूरज भारत तो दूर नहीं हैं राष्ट्रपति द्रौपदी मुर्मू ਪੰਜ ਸਤੰਭ ਨੂੰ ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿੱਚ ਇੱਕ ਸਮਾਰੋਹ ਦੌਰਾਨ ਦੇਸ਼ ਪਰ ਤੋਂ ਚੁਣੇ ਗਏ 75 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ 2023 ਪ੍ਰਦਾਨ ਕਰਨਗੇ ਇਸ ਪੁਰਸਕਾਰ ਦਾ ਟੇਰਾ ਵੰਡਦੇ ਹੋਏ ਇਸ ਸਾਲ ਤੋਂ ਉੱਚ ਸਿੱਖਿਆ ਵਿਭਾਗ ਦੇ 13 ਅਤੇ ਹੁਨਰ ਵਿਕਾਸ ਤੇ ਉਦਮਤਾ ਮੰਤਰਾਲਾ ਦੇ 12 ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਪੰਜਾਬ ਸਕੂਲੀ ਅਧਿਆਪਕਾਂ ਵਿੱਚ ਪੰਜਾਬ ਦੇ ਦੋ ਅਧਿਆਪਕ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ ਸੀਨੀਅਰ ਸੈਕੰਡਰੀ ਸਕੂਲ ਛਪਾਰ ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕ ਅਮਰਿਤਪਾਲ ਸਿੰਘ ਵੀ ਨੇ ਜਿਨ੍ਹਾਂ ਨੇ 2017 ਵਿੱਚ ਪੰਜਾਬ ਦਾ ਪਹਿਲਾ ਕੰਪਿਊਟਰ ਪਾਰਕ ਸਕੂਲ ਵਿੱਚ ਤਿਆਰ ਕੀਤਾ ਸੀ CISCE ਨਾਲ ਸੰਬੰਧਿਤ ਸਾਧਪਲ ਮਿੱਤਲ ਸਕੂਲ ਲੁਧਿਆਣਾ ਦੇ ਅਧਿਆਪਕ ਭੁਪਿੰਦਰ ਗੋਗਿਆ ਨੂੰ ਵੀ ਰਾਸ਼ਟਰੀ ਸਨਮਾਨ ਦਿੱਤਾ ਜਾਣਾ ਹੈ ਗੋਗਿਆ ਬੱਚਿਆਂ ਦੇ ਚਰਿੱਤਰ ਨਿਰਮਾਣ ਵਿੱਚ ਚੌਖਾ ਯੋਗਦਾਨ ਦੇ ਰਹੀ ਹੈ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਟੇੰਡਾ ਦੇ ਡਾਕਟਰ ਆਸ਼ੇਸ਼ ਬਾਲਦੀ ਵੀ ਰਾਸ਼ਟਰੀ ਪੁਰਸਕਾਰ ਹਾਸਲ ਕਰਨਗੇ ਭਾਰਤ ਹਰ ਸਾਲ 5 ਸਤੰਬਰ ਨੂੰ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਪੱਲਿ ਰਾਧਾ ਕ੍ਰਿਸ਼ਨਨ ਦੀ ਜਨਮ ਦਿਵਸ ਮੌਕੇ ਰਾਸ਼ਟਰੀ ਅਧਿਆਪਕ ਦਿਵਸ ਮਨਾਉਂਦਾ ਹੈ ਰਾਸ਼ਟਰੀ ਵਿਆਪਕ ਪੁਰਸਕਾਰ ਦਾ ਉਦੇਸ਼ ਦੇਸ਼ ਵਿੱਚ ਅਧਿਆਪਕਾਂ ਦੇ ਵਿਲੱਖਣ ਯੋਗਦਾਨ ਨੂੰ ਮਨਾਉਣਾ ਅਤੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਹੁੰਦਾ ਹੈ ਜੋ ਆਪਣੀ ਵਚਨਬੱਧਤਾ ਅਤੇ ਸਮਰਪਣ ਭਾਵਨਾ ਨਾਲ ਸਿੱਖਿਆ ਦੇ ਵਿਸਾਰ ਵਿੱਚ ਨਾ ਸਿਰਫ ਯੋਗਦਾਨ ਪਾਉਂਦੇ ਨੇ ਬਲਕਿ ਸਿੱਖਿਆ ਦੀ ਗੁਣਵੱਤਾ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਵੀ ਨਵੇਂ ਦਿਸ਼ਾ ਦਿੰਦੇ ਨੇ। ਹਰੇਕ ਪੁਰਸਕਾਰ ਵਿੱਚ ਮੈਰਿਟ ਸਰਟੀਫਿਕੇਟ, ਇੱਕ ਚਾਂਦੀ ਦਾ ਤਮਗਾ ਅਤੇ 50000 ਰੁਪਏ ਦਾ ਨਗਦ ਇਨਾਮ ਸ਼ਾਮਲ ਹੁੰਦਾ ਹੈ। ਪੁਰਸਕਾਰ ਜੇਤੂ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਸਤੰਬਰ ਨੂੰ ਇੰਡੋਨੇਸ਼ੀਆ ਦੇ 2 ਦਿਨਾਂ ਦੌਰੇ ਤੇ ਜਾਣਗੇ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਕਾਰਤਾ ਵਿੱਚ ਆਸIAN ਭਾਰਤ ਸਿਖਰ ਵਾਰਤਾ ਤੇ 18ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ। ਆਸIAN ਭਾਰਤ ਸਿਖਰ ਵਾਰਤਾ ਦੌਰਾਨ ਹੁਣ ਤੱਕ ਦੀ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ ਤੇ ਸਹਿਯੋਗ ਨੂੰ ਵਧਾਉਣ ਬਾਰੇ ਚਰਚਾ ਹੋਵੇਗੀ। ਪੂਰਬੀ ਏਸ਼ੀਆ ਸਿਖਰ ਸੰਮੇਲਨ ਏਸ਼ੀਆਈ ਦੇਸ਼ਾਂ ਦੇ ਨੇਤਾਵਾਂ ਨੂੰ ਖੇਤਰੀ ਤੇ ਕੁਮਾਂਤਰੀ ਮਹੱਤਵ ਵਾਲੇ ਮੁੱਦਿਆਂ ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਭਾਜਪਾ ਪਾਰਟੀ ਦੀ ਕੌਮੀ ਕਾਰਜਕਾਰੀ ਦੇ ਮੈਂਬਰ ਤੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲਿਆ ਨੇ ਕਿਹਾ ਕਿ ਇਸਰੋ ਨੇ ਭਾਰਤ ਦੀ ਦੁਨੀਆ ਵਿੱਚ ਸ਼ਾਨ ਵਧਾਈਏ ਜਲੰਧਰ ਤੋਂ ਜਾਰੀ ਇੱਕ ਬਿਆਨ ਵਿੱਚ ਉਹਨਾਂ ਨੇ ਅਦਿੱਤਿਆ L1 ਦੀ ਸਫਲ ਲਾਂਚਿੰਗ ਲਈ ਇਸਰੋ ਦੇ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਮਨੋਰੰਜਨ ਕਾਲਿਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਵਧਾਈ ਦਿੱਤੀ ਤੇ ਇਸਰੋ ਦੀ ਸਫਲਤਾ ਨੂੰ ਨਵੇਂ ਭਾਰਤ ਵੱਲ ਪ੍ਰਵੇਸ਼ ਦਰਵਾਜ਼ਾ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀਆਂ ਦੀਆਂ 2037 ਅਸਾਮੀਆਂ ਪਰੰਦਾ ਐਲਾਨ ਕੀਤਾ ਹੈ। ਚੰਡੀਗੜ੍ਹ ਤੋਂ ਜਾਰੀਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਪਟਵਾਰੀਆਂ ਦੀ ਹਾਜ਼ਰੀ ਬਾਇਓਮੈਟ੍ਰਿਕ ਰਾਹੀਂ ਲਗਨੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੜਤਾਲੀ ਪਟਵਾਰੀਆਂ ਦੀ ਮਨਮਰਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਆਮ ਆਦਮੀ ਨੂੰ ਕੁਝ ਲੋਕਾਂ ਦੇ ਰਹਿਮੋ ਕਰਮ ਉੱਤੇ ਨਹੀਂ ਛੱਡ ਸਕਦੇ। ਲੋਕਾਂ ਦੇ ਕੰਮ ਉਹਨਾਂ ਦੀ ਮੁੱਖ ਤਰਜੀਹ ਹੈ। ਪੰਜਾਬ ਵਿੱਚ ਮਾਤਾ ਪਿਤਾ ਤੇ ਬਜ਼ੁਰਗ ਨਾਗਰਿਕਾਂ ਦੀ ਦੇਖਪਾਲ ਅਤੇ ਪਲਾਈ ਐਕਟ 2007 ਦੀ ਜਾਗਰੂਕਤਾ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ 16 ਸਤੰਬਰ ਤੱਕ ਚੱਲੇਗੀ ਸਮਾਜਿਕ ਸੁਰੱਖਿਆ ਮੰਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਹੋਰ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਗੈਰ ਸਰਕਾਰੀ ਸੰਸਥਾ ਹੈਲਪੇਜ ਇੰਡੀਆ ਨਾਲ ਮਿਲ ਕੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਬਜ਼ੁਰਗ ਵਿਅਕਤੀਆਂ ਦੇ ਜਾਇਦਾਦ ਅਤੇ ਜਾਨਮਾਲ ਦੀ ਰੱਖਿਆ ਯਕੀਨੀ ਬਣਾਉਣ ਲਈ ਐਕਟ ਵਿੱਚ ਉਪ ਬੰਦ ਕੀਤਾ ਗਿਆ ਉਹਨਾਂ ਨੇ ਬਜ਼ੁਰਗ ਨਾਗਰਿਕਾਂ ਨੂੰ ਇਸ ਮਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਗਰੂਕਤਾ ਮਹਿੰਮ ਦੌਰਾਨ ਵਿਭਾਗ ਵੱਲੋਂ ਸੀਨੀਅਰ ਸਿਟੀਜ਼ਨ ਐਕਟ ਸੰਬੰਧੀ ਬਣਾਈ ਲਗੂ ਫਿਲਮ ਸਾਡੇ ਬਜ਼ੁਰਗ ਸਾਡਾ ਮਾਨ ਇਹਨਾਂ ਦਾ ਕਰੋ ਦਿਲੋ ਸਨਮਾਨ ਵਿਖਾਈ ਜਾਵੇਗੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਅੱਜ ਚੰਡੀਗੜ੍ਹ ਵਿੱਚ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਦੌਰਾਨ ਸੁੱਬੇ ਵਿੱਚ बन ਰਹੇ ਆਂਗਣਵਾੜੀ ਸੈਂਟਰ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਸੈਂਟਰਾਂ ਦੀ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕਾਦਿਸ਼ੀ ਲੇ ਉਹਨਾਂ ਅਧਿਕਾਰੀਆਂ ਨੂੰ ਆਂਗਣਵਾੜੀ ਸੈਂਟਰਾਂ ਦੀ ਉਸਾਰੀ ਵਿੱਚ ਪੂਰੀ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਪલਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਢੰਗ ਨਾਲ ਕਿਸਾਨਾਂ ਨੂੰ ਉਪਲਬਧ ਕਰਵਾਇਆ ਜਾਵੇਗਾ। ਉਹਨਾਂ ਨੇ ਬੀਤੇ ਕਾਲ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਉਹਨਾਂ ਨੇ ਕਿਹਾ ਕਿ ਫਸਲਾਂ ਲਈ ਤਕਨੀਕੀ ਗਿਆਨ ਦੇ ਨਾਲ-ਨਾਲ ਕਿਸਾਨਾਂ ਤੱਕ ਪਿਆਰੀ ਖਾਦਾਂ, ਦਵਾਈਆਂ ਤੇ ਬੀਜ ਉਪਲਬਧ ਕਰਵਾਉਣ ਦੇ ਯਤਨ ਕੀਤੇ ਜਾਣਗੇ। ਡਾਕਟਰ ਜਸਵੰਤ ਸਿੰਘ ਨੇ ਸੁੱਬੇ ਵੇਚ ਫਸਲੀ ਵਿਭਿੰਨਤਾ ਆਦੇ ਨੂੰ ਉਪਰਾਲੇ ਕਰਨ ਦੇ ਨਾਲ-ਨਾਲ ਅਜਈਆਂ ਖੇਤੀ ਤਕਨੀਕਾਂ ਤੇ ਜ਼ੋਰ ਦੇਂਦਾ ਪਰੋਸਾ ਵਿਦਵਾਇਆ ਜਿਨ੍ਹਾਂ ਰਾਹੀਂ ਵਾਤਾਵਰਣ ਦੀ ਪੂਰੀ ਸੰਭਾਲ ਹੋਵੇ ਤੇ ਨਾਲ ਹੀ ਬੇਸ਼ਕੀਮਤੀ ਕੁਦਰਤੀ ਵਸਈਆਂ ਦੇ ਖਾਸ ਤੌਰ ਤੇ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇ। ਪੰਜਾਬ ਕੇਂਦਰੀ ਯੂਨੀਵਰਸਿਟੀ ਖੋਜ ਦੇ ਖੇਤਰ ਵਿੱਚ ਬੇਮਿਸਾਲ ਸਫਲਤਾ ਹਾਸਲ ਕਰ ਰਹੀ ਹੈ। ਯੂਨੀਵਰਸਿਟੀ ਨੇ ਬੀਤੇ 3 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਆਪਣੀ ਰਿਸਰਚ ਆਉਟਪੁੱਟ ਨੂੰ ਦੁਕੜਾ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ। ਖਾਸ ਤੌਰ ਤੇ ਸਕੋਪਸ ਸੂਚਿਬੱਧ ਰਸਾਲਿਆਂ ਵਿੱਚ ਯੂਨੀਵਰਸਿਟੀ ਦੇ ਕੁੱਲ ਖੋਜ ਪ੍ਰਕਾਸ਼ਨ ਦਸੰਬਰ 2020 ਤੱਕ 1097 ਖੋਜ ਪੱਤਰਾਂ ਤੋਂ ਵੱਧ ਕੇ ਪਹਿਲੇ ਸਤੰਬਰ ਨੂੰ 2487 ਹੋ ਗਏ ਨੇ ਵਾਈਸ ਚਾਂਸਲਰ ਪ੍ਰੋਫੈਸਰ ਰਾਗਵਿੰਦਰ ਪ੍ਰਸਾਦ ਦਿਵਾੜੀ ਨੇ ਕਿਹਾ ਹੈ ਕਿ ਹੁਣ ਤੱਕ ਯੂਨੀਵਰਸਿਟੀ ਨੂੰ 88 ਕਰੋੜ 50 ਲੱਖ ਰੁਪਏ ਦੇ 222 ਖੋਜ ਪ੍ਰੋਜੈਕਟਾਂ ਦੀ ਮਨਜ਼ੂਰੀ ਮਿਲ ਚੁੱਕੀ ਹੈ ਜਿਨ੍ਹਾਂ ਵਿੱਚੋਂ 32 ਕਰੋੜ 75 ਲੱਖ ਰੁਪਏ ਦੇ 55 ਖੋਜ ਪ੍ਰੋਜੈਕਟਾਂ ਦੀ ਮਨਜ਼ੂਰੀ ਪਿਛਲੇ 3 ਸਾਲਾਂ ਵਿੱਚ ਹੀ ਪ੍ਰਾਪਤ ਹੋਈ ਹੈ ਕੇਂਦਰੀ ਸਿੱਖਿਆ ਮੰਤਰਾਲਾ ਅਧੀਨ ਭਾਰਤੀ ਸਮਾਜ ਵਿਗਿਆਨ ਖੋਜ ਪରିਸ਼ਦ ICSSR ਨੇ ਪਟਿਆਲਾ ਸਥਿਤ ਜਗਤਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੂੰ 6 ਮਹੀਨੇ ਦਾ ਮਿਲੇਟ ਪ੍ਰੋਜੈਕਟ ਸੌਪਿਆ ਹੈ। ਪਰੀਸ਼ਦ ਨੇ ਪੰਜਾਬ ਵਿੱਚ ਟਿਕਾਊ ਖੇਤੀ ਵਿਗਿਆਨ ਲਈ ਮਿਲੇਟ ਮੂਲ ਲੜੀ ਦੇ ਵਿਕਾਸ ਸਿਰਲੇਖ ਹੇਠ ਇਹ ਪ੍ਰੋਜੈਕਟ ਯੂਨੀਵਰਸਿਟੀ ਨੂੰ ਦਿੱਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੇ ਇਸ ਪ੍ਰੋਜੈਕਟ ਦੇ ਟੀਮ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਖੋਜ ਦੇ ਖੇਤਰ ਵਿੱਚ ਸਰਵੋਤਮਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਤਾ ਦੁਹਰਾਈ। ਇਸ ਪ੍ਰੋਜੈਕਟ ਦੇ ਦਿਨ ਸਵੇਰੇ ਦੇ ਸਾਰੇ ਹੀ ਖੇਤਰਾਂ ਵਿੱਚ 2023 ਨੂੰ ਮਿਲੇਟ ਦੇ ਸਾਲ ਵੱਜੋਂ ਸਰਕਾਰ ਦੀ ਪਹਿਲ ਕਦਮੀ ਦੇ ਮੁਲਾਂਕਣ ਵੱਜੋਂ ਸਾਹਮਣੇ ਲਿਆਂਦਾ ਜਾਵੇਗਾ। ਇਹ ਪ੍ਰੋਜੈਕਟ ਸੂਬੇ ਵਿੱਚ ਮਿਲੇਟਸ ਦੇ ਉਤਪਾਦਨ ਦੇ ਨਾਲ-ਨਾਲ ਖਪਤ ਲਈ ਚੁਣੌਤੀਆਂ ਅਤੇ ਮੌਕਿਆਂ ਦੀ ਪਛਾਣ ਵਾਸਤੇ ਕਿਸਾਨਾਂ, ਖਪਤਕਾਰਾਂ ਅਤੇ ਹੋਰ ਹਿੱਸੇਦਾਰਾਂ ਦਾ ਇੱਕ ਸਰਵੇਖਣ ਵੀ ਕਰਵਾਏਗਾ। ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਮਨਜੀਤ ਸਿੰਘ ਅਨੁਸਾਰ ਇਹ ਪ੍ਰੋਜੈਕਟ ਪੰਜਾਬ ਵਿੱਚ ਮਿਹਲੇ ਦੇ ਉਤਪਾਦਨ ਦੇ ਗੁਣਾ ਅਤੇ ਲਾਪਾਂ ਬਾਰੇ ਵੀ ਜਾਗਰੂਕਤਾ ਪੈਦਾ ਕਰੇਗਾ। ਬੁਰਦਾਸਪੁਰ ਜ਼ਿਲ੍ਹੇ ਦੇ ਡੇਰਾਬਾਬਾ ਨਾਨਕ ਦੇ ਨਜ਼ਦੀਕੀ ਸਰਹੱਦੀ ਪਿੰਡ ਹਰੂਵਾਲ ਦੇ ਖੇਤਾਂ ਵਿੱਚੋਂ ਦੱਬੇ 15 ਪੈਕੇਟ ਹੈਰੋਇਨ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਹ ਆਪਰੇਸ਼ਨ ਕਾਊਂਟਰ ਇੰਟੈਲੀਜੈਂਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਟੀਮ ਵੱਲੋਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਾਰਤ-ਪਾਕਿਸਤਾਨ ਕੋਮਾਂਤਰੀ ਸਰਹੱਦ ਨਾਲ ਲੱਗਦੇ ਇਸ ਇਲਾਕੇ ਵਿੱਚ ਹੈਰੋਇਨ ਪਾਕ ਤਸਕਰਾਂ ਵੱਲੋਂ ਡਰੋਨ ਰਾਹੀਂ ਭੇਜੀ ਗਈ ਸੀ ਇਸ ਸਮਾਨ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਨਵੋਧਿਆ ਵਿਦਿਆਲਾ ਸਮਤੀ ਦੀ 13ਵੀਂ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ 2023 ਅਜਪਟਿਆਲਾ ਦੇ ਜਵਾਹਰ ਨਵੋਧਿਆ ਵਿਦਿਆਲਾ ਫਤਿਹਪੁਰ ਰਾਜਪੂਤਾ ਵਿੱਚ ਸ਼ੁਰੂ ਹੋਈ ਲੜਕੀਆਂ ਦੇ ਮੁਕਾਬਲੇ ਵਿੱਚ 14 ਸਾਲ ਉਮਰ ਵਰਗ ਦਾ ਪਹਿਲਾ ਮੈਚ ਚੰਡੀਗੜ੍ਹ ਤੇ ਸ਼ਿਲਾنگ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਚੰਡੀਗੜ੍ਹ ਨੇ 18-16 ਨਾਲ ਜਿੱਤ ਹਾਸਲ ਕੀਤੀ ਹੈਦਰਾਬਾਦ ਤੇ ਲਖਨਊ ਵਿਚਾਲੇ ਖੇਡੇ ਗਏ ਮੈਚ ਵਿੱਚ ਲਖਨਊ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸਾਰਾ ਸਾਲ ਉਮਰ ਵਰਗ ਵਿੱਚ ਖੇਡੇ ਗਏ ਮੈਚ ਵਿੱਚ ਚੰਡੀਗੜ੍ਹ ਨੇ ਸ਼ਿਲਾਗ ਨੂੰ 32-11 ਨਾਲ ਹਰਾਇਆ ਲੜਕੀਆਂ ਦਾ 14 ਸਾਲ ਉਮਰ ਵਰਗ ਦਾ ਪਹਿਲਾ ਮੈਚ ਪਟਨਾ ਤੇ ਸ਼ਿਲਾਗ ਵਿਚਾਲੇ ਹੋਇਆ ਜਿਸ ਵਿੱਚ ਪਟਨਾ 32-10 ਨਾਲ ਜੇਤੂ ਰਿਹਾ ਜੈਪੁਰ ਨੇ ਚੰਡੀਗੜ੍ਹ ਨੂੰ ਹਰਾਇਆ 17 ਸਾਲ ਉਮਰ ਵਰਗ ਵਿੱਚ ਖੇਡੇ ਗੇ ਰੋਮਾਂਚਕ ਮੁਕਾਬਲੇ ਵਿੱਚ ਜੈਪੁਰ ਨੇ ਸ਼ਿਲਾੰਗ ਨੂੰ 58-55 ਨਾਲ ਹਰਾ ਦਿੱਤੀ। ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨਾਲ ਹੋਈ। ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਨੇ ਖਿਡਾਰੀਆਂ ਵੱਲੋਂ ਕੀਤੀ ਗਈ ਪ੍ਰੇਡ ਦਾ ਨਿਰੇਖਣ ਕੀਤਾ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਤੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਬੁਲੇਟਿਨ ਦੇ ਅਖੀਰ ਦੇ ਵਿੱਚ ਚੌਂਵੀਆ ਖਬਰਾਂ ਇੱਕ ਵਾਰ ਫਿਰ ਤੋਂ ਸੂਰਤ ਦੇ ਰਾਤੇ ਪਾਰ ਦਾ ਮਿਸ਼ਨ ਅਦਿੱਤਿਆ ਐਲਵਾਨ ਸਫਲਤਾਪੂਰਵਕ ਲਾਂਚ ਹੋਇਆ। ਰਾਸ਼ਟਰਪਤੀ ਉਪਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਇਸਰੋ ਵਿਗਿਆਨਕ ਤੇ ਇੰਜੀਨੀਅਰਾਂ ਨੂੰ ਇਹ ਸਫਲਤਾ ਲਈ ਦੇਤੀ ਮੁਬਾਰਕਬਾਦ। ਰਾਸ਼ਟਰਪਤੀ ਦ੍ਰੋਪਤੀ ਮੁਰਮੂ 5 ਸਤੰਬਰ ਨੂੰ ਨਵੇਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਦੇਸ਼ ਭਰ ਤੋਂ ਚੁਣੇ ਗਏ 75 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਕਰਨਗੇ ਸਨਮਾਨਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਸਤੰਬਰ ਨੂੰ ਇੰਡੋਨੇਸ਼ੀਆ ਦੇ 2 ਦਿਨਾਂ ਦੌਰੇ ਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆਂ 2037 ਅਸਾਮੀਆਂ ਪਰੰਦਾ ਐਲਾਨ ਨਵੋਦੀਆ ਵਿਦਿਆਲਾ ਸਮਤੀ ਦੀ 31 ਮਈ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਅੱਜ ਪਟਿਆਲਾ ਵਿੱਚ ਸ਼ੁਰੂ ਹੋਈ ਤੇ ਇਸ ਦੇ ਨਾਲ ਹੀ ਖਬਰਾਂ ਦਾ ਹੈ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ